ਇੱਕ ਪਤੀ ਆਪਣੀ ਹੀ ਪਤਨੀ ਲਈ ਉਸ ਸਮੇਂ ਸ਼ੈਤਾਨ ਬਣ ਗਿਆ ਜਦੋਂ ਉਸਨੇ ਸ਼ੱਕ ਦੇ ਆਧਾਰ ਤੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕੁਹਾੜੀਆਂ ਨਾਲ ਆਪਣੀ ਪਤਨੀ ਤੇ ਵਾਰ ਕੀਤੇ। ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਘਰ ਦੇ ਵਿੱਚ ਹਰਮਨਜੀਤ ਕੌਰ ਦੀ ਖੂਨ ਦੇ ਨਾਲ ਲੱਥ-ਪੱਥ ਲਾਸ਼ ਮਿਲੀ, ਜਿਸ ਦੀ ਜਾਣਕਾਰੀ ਪੁਲਿਸ ਨੂੰ ਮੌਕੇ ਤੇ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਹਰਮਨਜੀਤ ਕੌਰ ਦੇ ਟਰੈਕਟਰ ਤੇ ਉਸਦਾ ਪਤੀ ਸ਼ੱਕ ਕਰਦਾ ਸੀ, ਜਿਸ ਦੇ ਚੱਲਦੇ ਇਸਦੇ ਪਤੀ ਨੇ ਉਸਦਾ ਕਤਲ ਕਰ ਦਿੱਤਾ, ਜੋ ਕਿ ਹੁਣ ਮੌਕੇ ਤੋਂ ਫਰਾਰ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਤੇ ਹੁਣ ਪੁਲਿਸ ਮਾਮਲੇ ਦੀ ਅੱਗੇ ਦੀ ਕਾਰਵਾਈ ਕਰ ਰਹੀ ਹੈ। ਉੱਥੇ ਦੂਜੇ ਪਾਸੇ ਮ੍ਰਿਤਕ ਦੇ ਘਰ ਦੇ ਵਿੱਚ ਬੇਟੀ ਦੀ ਮੌਤ ਦਾ ਇਨਸਾਫ ਮੰਗਦੇ ਹੋਏ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਕਾਤਲ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਉਸਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹਾਲਾਂਕਿ ਕਾਤਲ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਜਿਸ ਦੀ ਪੁਲਿਸ ਭਾਲ ਦੇ ਵਿੱਚ ਜੁਟੀ ਹੋਈ ਹੈ। ਪਤਨੀ ਉਹ ਹਰਮਨਪ੍ਰੀਤ ਕੌਰ ਮੇਰੇ ਚਾਚਾ ਦੀ ਲੜਕੀ ਹੈ। ਉਹਨਾਂ ਦੀ ਰਾਤ ਉਹਨਾਂ ਦੇ ਘਰ ਵਾਲੇ ਨੇ ਇੱਥੋਂ ਕਾਤੀ ਕੁਹਾੜੀਆਂ ਮਾਰ ਕੇ ਕਤਲ ਕਰਤਾ। ਕੋਈ ਘਰੇਲੂ ਲੜਾਈ ਥੋੜ੍ਹੀ ਮੋਟੀ ਹੈਗੀ ਸੀ, ਉਹਦੇ ਤੂੰ ਤੂੰ ਮੈਂ ਹੁੰਦੀ ਸੀਗੀ ਉਹਨਾਂ ਦੀ, ਬਸ ਇਸ ਕਰਕੇ ਉਹਨਾਂ ਨੇ ਕਤਲ ਕਰਤਾ ਜੀ। ਮੇਰੇ ਚਾਚਾ ਜੀ ਦੀ ਬੇਟੀ ਹਰਮਨਪ੍ਰੀਤ ਕੌਰ ਜੀ ਪਿੰਡ ਰਾਮਗੜ੍ਹ ਭੁੰਦੜ ਗਈ ਸੀਗੀ ਜੀ, ਅਤੇ ਕੱਲ੍ਹ ਸ਼ਾਮੀ 7 ਵਜੇ ਜੀ ਪ੍ਰਾਹੁਣੇ ਨੇ ਜੀ ਕੁਹਾੜੀਆਂ ਮਾਰ ਕੇ ਸਿਰ 'ਤੇ ਜੀ ਉਹਦਾ ਕਤਲ ਕਰਤਾ ਜੀ। ਘਰੇਲੂ ਕਲੇਸ਼ ਰਹਿੰਦਾ ਸੀਗਾ ਜੀ ਉਹਨਾਂ ਜੀ, ਅਤੇ ਸਾਨੂੰ ਨਾ ਤਾਂ ਉਹਨੇ ਦੱਸਿਆ ਕੁਛ ਸੀ ਨਾ ਵਾਸਤਾ ਜੀ, ਵੀ ਮੌਤੇ 'ਤੇ ਮੌਤ ਹੋ ਗਈ ਜੀ। ਵਿਆਹ ਨੂੰ 10 ਸਾਲ ਹੋ ਗਈ, ਇੱਕ 10-12 ਸਾਲ ਹੋ ਗਈ, 10 ਸਾਲ ਦਾ ਜਵਾਕ ਜੀ, ਇੱਕ 6 ਸਾਲ ਦਾ ਜਵਾਕ ਜੀ। ਮੰਗ ਸਾਨੂੰ ਇਨਸਾਫ ਚਾਹੀਦਾ ਜੀ, ਸਖਤ ਤੋਂ ਸਖਤ ਸਜ਼ਾ ਆਉਣੀ ਚਾਹੀਦੀ ਹੈ ਜੀ। ਘਟਨਾ ਤਾਂ ਇਹ ਕਤਲ ਕਰਤਾ ਕੁੜੀ ਦਾ, ਬਸ ਪ੍ਰਾਹੁਣੇ ਨੇ ਕਤਲ ਕਰਤਾ। ਕਾਰਨ ਕੀ ਸੀ? ਕਾਰਨ ਤਾਂ ਕੋਈ ਪਤਾ ਨਹੀਂ ਸੀ ਜੀ, ਪਤਾ ਨਹੀਂ ਕਾਰਨ ਦਾ। ਕੋਈ ਤਾਂ ਕਾਰਨ ਹੋਊਗਾ ਵੀ ਕਤਲ ਕੀਤਾ ਜਿਹੜਾ? ਕਿੰਨੇ ਬੱਚੇ? ਕਿੰਨੇ? 2 ਬੱਚੇ। ਕਿੰਨਾ ਚਿਰ ਹੋਇਆ ਬਈ? 10-12 ਸਾਲ ਹੋ ਗਏ। ਪਹਿਲਾਂ ਲੜਾਈ ਝਗੜਾ ਸੀਗਾ ਕੋਈ? ਕੀ ਕਾਰਨ? ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀਗਾ। ਕੀ ਮਾਰਿਆ? ਕੀ ਪਹਾੜੀ ਨਾਲ ਕਤਲ ਕੀਤਾ? ਪਹਾੜੀ ਨਾਲ। ਇਹ ਮਾਮਲਾ ਇਹ ਹੈ ਵੀ ਕੱਲ੍ਹ ਸ਼ਾਮ ਨੂੰ ਨਾ ਕਰੀਬ 8 ਵਜੇ ਸ਼ਾਮ ਮੈਨੂੰ ਇਤਲਾਹ ਮਿਲੀ ਸੀ ਹਰਮਨਪ੍ਰੀਤ ਕੌਰ ਦਾ ਪਿੰਡ ਰਾਮਗੜ੍ਹ ਭੁੰਦੜ ਵਿਖੇ ਕਤਲ ਹੋ ਗਿਆ, ਤਾਂ ਮੈਂ ਆਪਣੀ ਸਮੇਤ ਜਿਹੜੇ ਮੇਰੇ ਨਾਲ ਕਰਮਚਾਰੀ ਸੀ ਉਹਨਾਂ ਦੇ ਪਿੰਡ ਰਾਮਗੜ੍ਹ ਭੁੰਦੜ ਪਹੁੰਚਿਆ, ਤਾਂ ਹਰਮਨਪ੍ਰੀਤ ਕੌਰ ਦੇ ਮਕਾਨ 'ਤੇ ਮੈਂ ਪਹੁੰਚਿਆ ਤਾਂ ਦੇਖਿਆ ਕਿ ਉਹਦੀ ਲੋਬੀ 'ਚ ਉਹਦੀ ਡੈੱਡ ਬੋਡੀ ਹੈ ਜਿਹੜੀ ਖੂਨ ਨਾਲ ਲੱਥ-ਪੱਥ ਪਈ ਸੀ। ਉੱਥੇ ਆਸ ਪਾਸ ਤੋਂ ਪਤਾ ਕਰਨ 'ਤੇ ਪਤਾ ਚੱਲਿਆ ਵੀ ਇਹਨੂੰ ਇਹਦੇ ਘਰ ਵਾਲਾ ਮਾਰ ਕੇ ਅਤੇ ਚਲਾ ਗਿਆ, ਪਰੰਤੂ ਅਸੀਂ ਉੱਥੇ ਆਪਦੀ ਜਿਹੜੀ ਫਾਰਮੈਲਿਟੀ ਕਰਨੀ ਸੀ ਮੌਕੇ ਦੀ ਉਹ ਕਰਨ ਤੋਂ ਬਾਅਦ ਡੈੱਡ ਬੋਡੀ ਸਿਵਲ ਹਸਪਤਾਲ ਬਠਿੰਡਾ ਪਹੁੰਚਾ ਦਿੱਤੀ। ਉਦੋਂ ਸਾਡੇ ਕੋਲ ਕਿਸੇ ਨੇ ਬਿਆਨ ਨਹੀਂ ਲਿਖਾਇਆ ਇਹਦੀ ਮੌਤ ਸੰਬੰਧੀ। ਹੁਣ ਅੱਜ ਸਾਡੇ ਕੋਲ ਇਹਦਾ ਲੜਕੀ ਦਾ ਬਾਪ ਆਇਆ ਗਾ, ਉਹ ਬਿਆਨ ਲਿਖਾ ਰਿਹਾ ਵੀ ਇਹਦੇ ਜਿਹੜੇ ਘਰ ਵਾਲੇ ਨੇ ਇਹਦੇ ਆਚਰਨ 'ਤੇ ਸ਼ੱਕ ਹੋਣ ਅਤੇ ਉਹਦੀ ਕੁਹਾੜੀਆਂ ਨੇ ਇਹਦੇ ਵਾਰ ਕਰਕੇ ਸਿਰ 'ਤੇ ਸੱਟਾਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ, ਉਸ ਸੰਬੰਧੀ ਅਸੀਂ FIR ਰਜਿਸਟਰ ਕਰਵਾ ਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਕਿੰਨੀ ਉਮਰ ਹੈ ਇਹਦੀ? ਉਮਰ ਕਰੀਬ 30-32 ਸਾਲ ਹੈ। ਬੱਚੇ ਵੀ? 2 ਬੱਚੇ, 2 ਲੜਕੇ, 1 10 ਸਾਲ ਦਾ, 1 6 ਸਾਲ। ਕਾਰਨ ਕੀ ਦੱਸਿਆ ਜਾ ਰਿਹਾ? ਕਾਰਨ ਉਹ ਇਹਦੇ ਆਚਰਨ 'ਤੇ ਸ਼ੱਕ ਕਰਦਾ ਸੀ ਇਹਦੇ ਘਰ ਵਾਲਾ।